वाहिगुरु जी का खालसा वाहिगुरु जी की फतेह। साथियो अज पंजाब दे विच किसान यूनियन दे वर्करां ने करीब 100 ट्रक धान जिहड़ा दूजे स्टेटां चो उत्थों दे व्यापारियां ने खरीद के लियांदा है ओह करीब फड़िया होया। उन्हां ने करीब 100 ट्रक दे करीब खनौरी पत्तना दे नेड़े ते उहदी इवज दे विच जिन्हां व्यापारियां दा ओह माल सी उन्हां ने मंडी चो खरीद बंद करती है भी साडे ट्रक क्यों फड़े ने। उत्थों 1200 रुपये खरीदते ने इत्थे पूरा रेट उन्हां दा वसूलते ने ते ओह पंजाब दा जिहड़ा किसान है ओह ओहदा रेट डाउन आ जांदा उहदे च किंतु परंतु करदे ने ते आखिर दे विच जाके कहिंदे ने साडी खरीद पूरी होगी साडा घोटा पूरा हो गया। पिछले साल दा मैं तुहाडे अगे उदाहरण रखा हरियाणे दे विच 25 लख टन धान पैदा होया है ते 69 लख टन बिकया है 69 लख यानी करीब 3 गुणा। ते जदों असीं उहदी शिकायत कीती ते उहदी लिपा पोती करके ओह ठंडे बस्ते च पा तां महा घोटाला। पंजाब दे विच पिछले साल 20 लख टन धान बाहरों आया महा घोटाला कोई नहीं सुनता। सरकार लिपा पोती करती है अफसर भ्रष्ट ने अफसर उन्हां तों रिश्वत लैंदे ने। हुण उन्हां ने अपना ਟੱਕਾ ਇਹ ਜਿਹੜੀ ਉਹਨਾਂ ਨੇ ਖਰੀਦ ਬੰਦ ਕਰਤੀ ਵੀ ਲੋਕ ਉਹਨਾਂ ਇਹ ਸਾਡੀ ਜਿਹੜੀ ਬਾਹਰੋਂ ਆਉਂਦੀ ਹੈ ਉਹਨੂੰ ਸਾਡੀ ਨੂੰ ਪਰਮਿਸ਼ਨ ਦਿਓ ਤੇ ਸਾਥੀਓ ਇਹ ਵਪਾਰੀ ਬਾਹਰ ਵੀ ਅਜੇ ਦੂਜੀ ਮੰਡੀਆਂ ਚ ਵੀ ਹੜਤਾਲ ਕਰ ਸਕਦੇ ਨੇ। ਸਾਡਾ ਕਹਿਣਾ ਇਹ ਹੈ ਜਿੱਥੇ ਉਹ ਹੜਤਾਲ ਕਰਦੇ ਨੇ ਉੱਥੇ ਹੀ ਸਰਕਾਰੀ ਅਧਿਕਾਰੀਆਂ ਨੂੰ ਘੇਰ ਕੇ ਆਪਣੇ ਵਿੱਚ ਬਿਠਾ ਲਓ ਘਿਰਾਓ ਕਰਕੇ ਉਹਨਾਂ ਦਾ ਵਿੱਚ ਬਿਠਾ ਲਓ ਤੇ ਕਿਤੇ ਵੀ ਜਿਹੜਾ ਬਾਹਰ ਤੋਂ ਜਿਹੜੀ ਯੂਪੀ ਤੋਂ ਜੀਰੀ ਆ ਰਹੀ ਹੈ ਜਾਂ ਕਿਤੋਂ ਹੋਰ ਤੋਂ ਆ ਰਹੀ ਹੈ ਜਿਹੜਾ ਮਹਾ ਸਮਗਲਿੰਗ ਹੈ ਇਹਨੂੰ ਆਪਾਂ ਨੇ ਆਪਣੇ ਕੋਲ ਰੋਕਣ ਦਾ ਇਹੋ ਹੀ ਤਰੀਕਾ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦੇ ਵਿਰੁੱਧ ਆਵਾਜ਼ ਚੱਕਣੀ ਪਏਗੀ। ਸਾਡੇ ਤੇ 150 ਰੁਪਏ ਦਾ ਕੁਇੰਟਲ ਦਾ ਘੱਟ ਲੱਗ ਰਿਹਾ ਜੀ। ਸਾਡੀ 17.1 ਮੌਸਟਰ ਦੀ ਵੀ ਨਹੀਂ ਖਰੀਦ ਰਹੇ ਤੇ ਸਾਥੀਓ ਜੇ ਪੰਜਾਬ ਦੀ ਜੀਰੀ ਪੰਜਾਬ 'ਚ ਵਿਕੇਗੀ ਹਰਿਆਣੇ ਦੀ ਹਰਿਆਣੇ 'ਚ ਵਿਕੇਗੀ ਤੇ ਹਰਿਆਣੇ ਪੰਜਾਬ ਦਾ ਤੇ ਕਈ ਜਗ੍ਹਾ ਏਰੀਆ ਵੀ ਲੱਗਦਾ ਹੈ ਵੀ ਹਰਿਆਣੇ ਦੀ ਪੰਜਾਬ 'ਚ ਚਲੀ ਜਾਂਦੀ ਹੈ ਪੰਜਾਬ ਦੀ ਹਰਿਆਣੇ 'ਚ ਆ ਜਾਂਦੀ ਹੈ ਕਈ ਮੰਡੀਆਂ ਨੇੜੇ ਲੱਗੀਆਂ ਨੇ ਉਹ ਤਾਂ ਬਹੁਤਾ ਮੈਟਰ ਨਹੀਂ ਹੈ ਪਰ ਜਿਹੜੀ ਯੂਪੀ 'ਚੋਂ ਆ ਰਹੀ ਹੈ ਜਿਹੜੀ ਦੂਜੀ ਜਗ੍ਹਾ ਤੋਂ ਆ ਰਹੀ ਹੈ ਉਹ ਸਾਰੇ ਵਪਾਰੀ ਖਰੀਦ ਕੇ ਲਿਆ ਰਹੇ ਨੇ ਉੱਥੇ 1200 ਰੁਪਏ ਮਿਲ ਰਹੇ ਨੇ ਕਿਸਾਨ ਨੂੰ। ਅਸੀਂ ਗਏ ਹਾਂ ਯੂਪੀ ਦੇ ਵਿੱਚ ਉੱਤਰਾਖੰਡ ਦੇ ਵਿੱਚ 1200 ਰੁਪਏ ਮਿਲ ਰਹੇ ਨੇ ਤੇ ਇਸ ਤੇ ਵੱਡਾ ਐਕਸ਼ਨ ਲੈਣ ਦੀ ਲੋੜ ਹੈ ਤੇ ਮੇਰੀ ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਜਦੋਂ ਤੱਕ ਇਹ ਬਾਹਰ ਦੀ ਜੀਰੀ ਬੰਦ ਨਹੀਂ ਕਰਦੇ ਤੇ ਜੇ ਸਾਡੀ ਖਰੀਦ ਬੰਦ ਕਰਦੇ ਨੇ ਤੇ ਸਾਰੇ ਉੱਥੋਂ ਦੇ ਅਫਸਰਾਂ ਨੂੰ ਘੇਰ ਲਿਓ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਿਹੜੇ ਕਿਸਾਨਾਂ ਨੇ ਜਾਮ ਲਾਇਆ ਹੋਇਆ ਪੂਰਾ ਪੰਜਾਬ ਪੂਰਾ ਹਰਿਆਣਾ ਉਹਨਾਂ ਦੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ। ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਯੂਟਿਊਬ ਤੇ।